ਮੇ ਵਿਅਪਤੀ ਦੀ ਘਟਨਾ ਪੰਜਾਬ ਦੇ ਵਿੱਚ ਆਮ ਗੱਲ ਵਾਂਗ ਕਰ ਦਿੱਤੀ ਗਈ ਸੀ ਇੰਨੀਆਂ ਜ਼ਿਆਦਾ ਵਿਅਪਦੀ ਦੀਆਂ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵਿੱਚ ਕਿ ਹੁਣ ਜੇਕਰ ਕੋਈ ਸਿੱਖੇ ਘਟਨਾ ਨੂੰ ਸੁਣਦਾ ਜਾਂ ਕੋਈ ਆਮ ਅਗਲਾ ਸੁਣਦਾ ਉਹ ਕਹਿੰਦਾ ਕਿ ਯਰੇ ਤਾਂ ਆਮ ਹੋ ਗਈ ਦੇਖੋ ਇੰਨੀਆਂ ਜ਼ਿਆਦਾ ਘਟਨਾਵਾਂ ਹੋਈਆਂ ਤੇ ਰੁਕਣ ਦਾ ਨਾਂ ਨਹੀਂ ਦਿੱ ਲੈ ਰਹੀਆਂ ਪੰਜਾਬੀਆਂ ਦੇ ਕਿਸਾਨਾਂ ਦੇ ਮਗਰ ਤੁਰਦੀਆਂ ਤੁਰਦੀਆਂ ਇਹ ਘਟਨਾਵਾਂ ਸਿੰਘੂ ਬਾਰਡਰ ਤੇ ਪਹੁੰਚ ਗਈਆਂ ਤਾਂ ਇੰਜ ਲੱਗਦਾ ਹੈ ਕਿ ਕਿਸੇ ਨੇ ਕਿਸੇ ਨੂੰ ਕਿਸਾਨਾਂ ਦੇ ਜਾਂ ਪੰਜਾਬੀਆਂ ਦੇ ਪਿੱਛੇ ਲਗਾਇਆ ਗਿਆ ਹੋਵੇ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਆਖਰ ਸਿੰਘੂ ਬਾਰਡਰ ਉੱਤੇ ਜਿਹੜੀ ਘਟਨਾ ਇਹ ਕਿਸੇ ਇੱਕ ਸਾਜ਼ਿਸ਼ ਦਾ ਹਿੱਸਾ ਆ ਤੇ ਹੁਣ ਇਹ 15 ਤਰੀਕ ਨੂੰ ਜਿਹੜੀ ਘਟਨਾ ਇੱਥੇ ਸਿੰਘੂ ਬਾਰਡਰ ਤੇ ਵਾਪਰੀ ਹੈ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਤੁਸੀਂ ਇਹ ਦੇਖੋ ਕਿ ਜਿਹੜੀਆਂ 15 ਦੇ ਵਿੱਚ ਜਿਹੜੀਆਂ ਘਟਨਾਵਾਂ ਬਾਦਲਾਂ ਦੇ ਰਾਜ ਵਿੱਚ ਹੋਈਆਂ ਆਪਣੇ ਆਪ ਨੂੰ ਪੰਥਕ ਕਹੌਣ ਵਾਲੇ ਉਹਨਾਂ ਦੇ ਰਾਜ ਵਿੱਚ ਘਟਨਾਵਾਂ ਹੋਈਆਂ ਔਰ ਉਹਨਾਂ ਦਾ ਇਨਸਾਫ ਲੈਣ ਵਾਲਿਆਂ ਦੇ ਉੱਤੇ ਗੋਲੀ ਚੱਲਦੀ ਉਹਨਾਂ ਦਾ ਇਨਸਾਫ ਲੈਣ ਵਾਲਿਆਂ ਤੇ ਪਰਚੇ ਦਰਜ ਹੋਏ ਉਹਨਾਂ ਦੇ ਪੁਲਿਸ ਰਿਮਾਂਡ ਹੋਏ ਔਰ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਤੁਸੀਂ ਉਹਨਾਂ ਦੀਆਂ ਤਾਰਾਂ ਜਿਹੜੀਆਂ ਨੇ ਉਹ ਜਦੋਂ ਪੜਤਾਲ ਚੱਲੀ ਆ ਤੇ ਫਿਰ ਉਹ ਸਰਸੇ ਸਾਧਨਾ ਜਾ ਕੇ ਗੁਰਮੀਤ ਰਾਮ ਰੇਵ ਮ ਨਾਲ ਜੁੜੀਆਂ ਇਹਦੇ ਪਿੱਛੇ ਜਿਹੜਾ ਇਸ ਘਟਨਾ ਦੇ ਨਾਲ ਘਟਨਾ ਕਰਮ ਦੇ ਨਾਲ ਜਿਹੜੀ ਲਖਵੀਰ ਦੀ ਗੱਲ ਜਿਹਦਾ ਬਾਅਦ ਦੇ ਵਿੱਚ ਕਤਲ ਵੀ ਹੋ ਜਾਂਦਾ ਉਹਦੇ ਬਾਰੇ ਇੱਕ ਬੁਝਾਰਤ ਬਣੀ ਹੋਈ ਹੈ ਬਹੁਤ ਵੱਡਾ ਸਵਾਲ ਹੈ ਕੇ ਪਿੰਡ ਦੇ ਬੰਦੇ ਕਹਿੰਦੇ ਆ ਵੀ ਇਹ ਤਾਂ ਚਬਾਲ ਨਹੀਂ ਜਾ ਸਕਦਾ ਇਹ ਸਿਗੂ ਬਾਰਡਰ ਤੇ ਕਿਵੇਂ ਚਲੇਗਾ ਅਸੀਂ ਇਸ ਗੱਲ ਦੀ ਮੰਗ ਕਰੀਏ ਕ ਮੰਗ ਤਾਂ ਅਸੀਂ ਕਰ ਰਹੇ ਆ ਪਰ ਅੱਜ ਤੱਕ ਜਿਹੜੀਆਂ ਪੰਜਾਬ ਚ ਘਟਨਾਵਾਂ ਵਾਪਰੀਆਂ ਨੇ ਅਸੀਂ ਇਹਨਾਂ ਤੋਂ ਕੀ ਆਸ ਰੱਖਾਂਗੇ ਜਿਹੜੀਆਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਉਹਨਾਂ ਨੇ ਕੀ ਕੀਤਾ 15 ਤਰੀਕ ਨੂੰ ਬਦਵੀ ਹੁੰਦੀ ਹੈ ਨਾਂ ਸਿੰਘ ਜਿਹੜੇ ਨੇ ਜਦੋਂ ਉਹਨਾਂ ਨੂੰ ਉਹਨੂੰ ਫੜਦੇ ਨੇ ਤੇ ਉਹ ਜੋ ਵੀ ਹੋਇਆ ਉਹ ਤੁਹਾਡੇ ਸਾਹਮਣੇ ਹੈ ਲੇਕਿਨ ਅਗਲੇ ਦਿਨ 16 ਤਰੀਕ ਸ਼ਾਮ ਨੂੰ ਅਖਬਾਰ ਕੋਲੇ ਜੇ ਖਬਰ ਗਈ ਤੇ ਤਾਂ 17 ਦੀ ਖਬਰ ਚ ਆਈ 17 ਤਰੀਕ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਆ ਗਈਆਂ ਪਈ ਨਿਹੰਗ ਅਮੰਗ ਸਿੰਘ ਜਿਹੜਾ ਹੈ ਉਹ ਭਾਰਤ ਦੇ ਖੇਤੀ ਮੰਤਰੀ ਤੋਮਰ ਨੂੰ ਮਿਲਦਾ ਇਹ ਫੋਟੋਆਂ ਪਹਿਲਾਂ ਕਿਉਂ ਨਹੀਂ ਸਾਹਮਣੇ ਆਈਆਂ ਇਸ ਤਰ੍ਹਾਂ ਦੇ ਕਿੰਨਾ ਸਮਾਂ ਆਇਆ ਕਿਉਂ ਲੱਗੀਆਂ ਇਹਦੇ ਪਿੱਛੇ ਸਾਨੂੰ ਥੋੜਾ ਜਿਆਦਾ ਦਿਮਾਗ ਨਾਲ ਸੋਚਣ ਦੀ ਲੋੜ ਹੈ ਕਿ ਉੱਥੇ ਫੋਟੋ ਕਿਸੇ ਹੋਰ ਨੇ ਨਹੀਂ ਖਲਾਈਆਂ ਜਿੱਥੇ ਕ੍ਰਿਸ਼ੀ ਮੰਤਰੀ ਤੋਮਰ ਹੋਵੇ ਉੱਥੇ ਜਿਹੜੇ ਨੇ ਹੋਰ ਵੀ ਮੰਤਰੀ ਹੋਣ ਐਮਪੀ ਹੋਣ ਨਾਲ ਤੇ ਉੱਥੇ ਜਦੋਂ ਉਹ ਸਰੂਪਾ ਪਾਇਆ ਜਾ ਰਿਹਾ ਜਾਂ ਜੋ ਵੀ ਗੱਲ ਹੋ ਰਹੀ ਆ ਉਹ ਖੁਦ ਉਹ ਮੰਨਦਾ ਵੀ ਮੇਰੀ ਮੀਟਿੰਗ ਹੋਈ ਆ ਔਰ ਇਹ ਵੀ ਮੰਨਦਾ ਕਿ ਮੈਂ ਖਾਣਾ ਵੀ ਖਾਧਾ ਕੋਈ ਵੀ ਮੰਨਦਾ ਵੀ ਮੈਨੂੰ ਸਰੂਪਾ ਵੀ ਦਿੱਤਾ ਗਿਆ ਉਹ ਸਾਰੀਆਂ ਚੀਜ਼ਾਂ ਮੰਨਦਾ ਪਰ ਸਵਾਲ ਇਹ ਸੀਦਾ ਹੈ ਕਿ ਇਹ ਪਹਿਲਾਂ ਕਿਉਂ ਨਹੀਂ ਜੇ ਅਮਨ ਦੇ ਖਿਲਾਫ ਸੀ ਤੇ ਪਹਿਲਾਂ ਖਬਰਾਂ ਕਿਉਂ ਨਹੀਂ ਫੋਟੋ ਕਿਉਂ ਨਹੀਂ ਆਈਆਂ ਇਹ ਕੜੀ ਨਾ ਕੜੀ ਜੋੜੀ ਗਈ ਆ ਇਹ ਖਬਰਾਂ ਹੁਣ ਕੱਢਣੀਆਂ ਕਿ ਇਹ ਜਿਹੜੇ ਨੇ ਇਹ ਲੋਕ ਆਪਸ ਵਿੱਚ pèce ਅਣਰੀ ਨਾਲ ਹੀ ਘਟਨਾ ਆਈ ਹੈ ਮਖ ਸਿੰਘ ਜਿਹੜਾ ਕਰਨਾਲ ਤੋਂ ਸੀ ਜਿਹਨੇ ਅਮਰ ਛੱਕਿਆ ਸੀ ਉਹਦੇ ਬਾਰੇ ਜਿਹੜੀ ਘਟਨਾ ਆਈ ਜਿਹੜਾ ਇਹ ਕਾਂਡ ਵਾਪਰਿਆ ਇਹਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਪਹਿਲਾਂ ਕਿਵੇਂ ਹੋ ਗਿਆ ਮੁੜ ਕੇ ਫਿਰ ਬਾਪੀਆਂ ਮੰਗਣੀਆਂ ਪੈ ਰੀਆਂ ਨੇ ਅਸੀਂ ਪਹਿਲਾਂ ਯਾਰ ਕਿਉਂ ਨਹੀਂ ਸੋਚਦੇ ਤੁਸੀਂ ਦੇਖ ਰਹੇ ਹੋ ਕੇਟੀਵੀ ਯੂਕੇ ਮੈਂ ਅਮਦੀਪ ਸਿੰਘ ਸਿੰਘੂ ਬਾਰਡਰ ਤੇ ਮੌਜੂਦ ਹਾਂ ਸਿੰਘੂ ਬਾਰਡਰ ਉੱਤੇ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਘਟਨਾਵਾਂ ਘਟੀਆਂ ਨੇ ਉਹਨਾਂ ਘਟਨਾਵਾਂ ਨੇ ਪੰਜਾਬ ਦੇ ਵਿੱਚ ਇੱਕ ਵੱਡੀ ਹਲਚਲ ਪੈਦਾ ਕੀਤੀ ਹੈ ਪੰਜਾਬ ਦੇ ਵਿੱਚ ਤਾਂ ਲਗਾਤਾਰ ਬੇਵਦੀਆਂ ਦੀਆਂ ਘਟਨਾਵਾਂ ਘਟ ਰਹੀਆਂ ਸਨ ਪਰ ਇਹ ਘਟਨਾਵਾਂ ਸਿੰਘੂ ਬਾਰਡਰ ਤੱਕ ਪਹੁੰਚ ਗਈਆਂ ਜਿਵੇਂ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਕਿਸੇ ਇਹ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਨੇ ਉਸੇ ਟੰਗ ਦੇ ਨਾਲ ਸਿੰਘੂ ਬਾਰਡਰ ਉੱਤੇ ਕਟਣਾ ਜੋ ਕਟੀ ਐ ਉਸ ਨੂੰ ਵੀ ਇਹ ਗੱਲ ਕਹਿਣ ਨੂੰ ਨਹੀਂ ਇਹ ਕਿਹਾ ਜਾ ਸਕਦਾ ਕਿ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਨਹੀਂ ਹੋਵੇਗੀ ਪਰ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਲਗਭਗ 6 ਸਾਲਾਂ ਤੋਂ ਲੋਕ ਇਨਸਾਫ਼ ਮੰਗਦੇ ਨੇ ਸਿੱਖ ਇਨਸਾਫ਼ ਮੰਗ ਰਹੇ ਨੇ ਜਾਂ ਜੋ ਇਹਨਾਂ ਕਟਨਾਵਾਂ ਦੇ ਇਨਸਾਫ਼ ਦੇ ਦੌਰਾਨ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਉਹ ਪਰਿਵਾਰ ਦੀ ਇਨਸਾਫ਼ ਮੰਗਦੇ ਨੇ ਪਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਸਵਾਲ ਇਹ ਹੈ ਕਿ ਸਿੰਘੂ ਬਾਰਡਰ ਉਤੇ ਘੱਟੀ ਘਟਨਾ ਦਾ ਕੋਈ ਇਨਸਾਫ ਮਿਲ ਪਾਊਗਾ ਜਾਂ ਇਸ ਨੂੰ ਵੀ ਪੰਜਾਬ ਦੇ ਮੰਗ ਇੱਕ ਰਾਜਨੀਤਿਕ ਅਤੇ ਵੋਟਾਂ ਦਾ ਮੁੱਦਾ ਬਣਾ ਕੇ ਛੱਡ ਦਿੱਤਾ ਜਾਊਗਾ ਪਰ ਵੱਡੀ ਗੱਲ ਇਹ ਹੈ ਕਿ ਸਿੰਘੂ ਬਾਰਡਰ ਉਤੇ ਘੱਟੀ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਰਾਜਨੀਤੀ ਹੁੰਦੀ ਆ ਪਰ ਜੋ ਸਿੰਘੂ ਬਾਰਡਰ ਤੇ ਘਟਨਾ ਘਟੀ ਆ ਉਸ ਨੂੰ ਲੈ ਕੇ ਜਾਂ ਤਾਂ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਫਿਰ ਨਿਹੰਗ ਸਿੰਘਾਂ ਨੂੰ ਟਾਰਗੇਟ ਕੀਤਾ ਜਾ ਰਿਹਾ 올ਓਵਰ ਇਹ ਗੱਲ ਕੀਤੀ ਜਾਵੇ ਤਾਂ ਪੂਰੇ ਮੋਰਚੇ ਨੂੰ ਟਾਰਗੇਟ ਕੀਤਾ ਜਾ ਰਿਹਾ ਤਾਂ ਕਿਸੇ ਅੰਦਰੂਨੀ ਬੰਦੇ ਅੰਦਰੂਨੀ ਬੰਦੇ ਦੀ ਇਹ ਛਾਜਿਸ਼ ਜਾਂ ਘਟਨਾ ਨਾ ਹੁੰਦੇ ਇੰਜ ਲੱਗਦਾ ਹੈ ਕਿ ਕਿਸੇ ਬਾਹਰੀ ਤਾਕਤਾਂ ਨੇ ਇਹ ਕਰਵਾਇਆ ਜਿਵੇਂ ਪੰਜਾਬ ਦੇ ਵਿੱਚ ਹੁੰਦਾ ਆ ਤਾਂ ਸਿੰਘੂ ਬਾਰਡਰ ਉੱਤੇ ਜਦੋਂ ਵੀ ਲਗਾਤਾਰ ਇਹ ਜਾਂ ਜਿਵੇਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਨੇ ਚੋਰੀ ਦੀਆਂ ਅੱਗ ਲੱਗਣ ਦੀਆਂ ਤਾਂ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ ਜਿਹੜੇ ਕਿਸਾਨ ਆਗੂ ਸਭ ਤੋਂ ਪਹਿਲਾਂ ਅਕਸਰ ਉਹਤੇ ਪਹੁੰਚਦੇ ਨੇ ਜਾਂ ਇਹਨਾਂ ਘਟਨਾਵਾਂ ਨੂੰ ਟੈਕਲ ਕਰਦੇ ਨੇ ਜਾਂ ਇਹਨਾਂ ਘਟਨਾਵਾਂ ਨਾਲ ਡੀਲ ਕਰਦੇ ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਇਹਨਾਂ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਆ ਕਿ ਆ ਆਖਰੀ ਘਟਨਾਵਾਂ ਘਟ ਕਿਉਂ ਰਹੀਆਂ ਨੇ ਅਤੇ ਮੋਰਚੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਾਈਆਂ ਪਾ ਰਹੀਆਂ ਨੇ ਸਿਰਸਾ ਦਾ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਿਰਸਾ ਸਾਹਿਬ ਜਿਵੇਂ ਵਿਆਪਦੀ ਦੀ ਘਟਨਾ ਪੰਜਾਬ ਦੇ ਵਿੱਚ ਆਮ ਗੱਲ ਮੰਨ ਕਰ ਦਿੱਤੀ ਗਈ ਸੀ ਇੰਨੀਆਂ ਜ਼ਿਆਦਾ ਵਿਆਫਦੀਆਂ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵਿੱਚ ਕਿ ਹੁਣ ਜੇਕਰ ਕੋਈ ਸਿੱਖੇ ਘਟਨਾ ਨੂੰ ਸੁਣਦਾ ਜਾਂ ਕੋਈ ਆਮ ਅਗਲਾ ਸੁਣਦਾ ਉਹ ਕਹਿੰਦਾ ਕਿ ਯਰੇ ਤਾਂ ਆਮ ਹੋ ਗਈ ਦੇਖੋ ਇੰਨੀਆਂ ਜ਼ਿਆਦਾ ਘਟਨਾਵਾਂ ਹੋਈਆਂ ਤੇ ਰੁਕਣ ਦਾ ਨਾਂ ਨਹੀਂ తీ ਲੈ ਰਹੀਆਂ ਪੰਜਾਬੀਆਂ ਦੇ ਕਿਸਾਨਾਂ ਦੇ ਮਗਰ ਤੁਰਦੀਆਂ ਤੁਰਦੀਆਂ ਇਹ ਘਟਨਾਵਾਂ ਸਿੰਘੂ ਬਾਰਡਰ ਤੇ ਪਹੁੰਚ ਗਈਆਂ ਤਾਂ ਇੰਦੇ ਲੱਗਦਾ ਹੈ ਕਿ ਕਿਸੇ ਨੇ ਕਿਸੇ ਨੂੰ ਕਿਸਾਨਾਂ ਦੇ ਜਾਂ ਪੰਜਾਬੀਆਂ ਦੇ ਪਿੱਛੇ ਲਗਾਇਆ ਗਿਆ ਹੋਵੇ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਆਖਰ ਸਿੰਘੂ ਬਾਰਡਰ ਉੱਤੇ ਜਿਹੜੀ ਘਟਨਾ ਹੈ ਇਹ ਕਿਸੇ ਇੱਕ ਸਾਜ਼ਿਸ਼ ਦਾ ਹਿੱਸਾ ਹੈ ਬਿਲਕੁਲ ਬਹੁਤ ਵੱਡੀ ਸਾਜ਼ਿਸ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੈਸੇ ਤੇ ਤੁਸੀਂ ਰੋਜ਼ ਦੇਖਦੇ ਹੋ ਤੇ ਰੋਸਟਰੀਆਂ ਕਰਕੇ ਤੁਸੀਂ ਭੇਜਦੇ ਹੋ ਕਿ ਕਿਸ ਤਰ੍ਹਾਂ ਹੋ ਰਿਹਾ ਹੈ ਪੰਜਾਬ ਦੇ ਵਿੱਚ 2015 ਤੋਂ ਲੈ ਕੇ ਹੁਣ ਤੱਕ ਪੰਜ-ਛੇ ਸਾਲਾਂ ਦੇ ਵਿੱਚ 400 ਤੋਂ ਉੱਤੇ ਜਿਹੜੀਆਂ ਨੇ ਉਹ ਬੇਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਹੁਣ ਇਹ 15 ਤਰੀਕ ਨੂੰ ਜਿਹੜੀ ਘਟਨਾ ਇੱਥੇ ਸਿੰਘੂ ਬਾਰਡਰ ਤੇ ਵਾਪਰੀ ਹੈ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਤੁਸੀਂ ਇਹ ਦੇਖੋ ਕਿ ਜਿਹੜੀਆਂ 15 ਦੇ ਵਿੱਚ ਜਿਹੜੀਆਂ ਘਟਨਾਵਾਂ ਬਾਦਲਾਂ ਦੇ ਰਾਜ ਵਿੱਚ ਹੋਈਆਂ ਆਪਣੇ ਆਪ ਨੂੰ ਪੰਥਕ ਕਹੌਣ ਵਾਲੇ ਉਹਨਾਂ ਦੇ ਰਾਜ ਵਿੱਚ ਘਟਨਾਵਾਂ ਹੋਈਆਂ ਔਰ ਉਹਨਾਂ ਦਾ ਇਨਸਾਫ ਲੈਣ ਵਾਲਿਆਂ ਦੇ ਉੱਤੇ ਗੋਲੀ ਚੱਲੀ ਉਹਨਾਂ ਦਾ ਇਨਸਾਫ ਲੈਣ ਵਾਲਿਆਂ ਤੇ ਪਰਚੇ ਦਰਜ ਹੋਏ ਉਹਨਾਂ ਦੇ ਪੁਲਿਸ ਰਿਮਾਂਡ ਹੋਏ ਔਰ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਤੁਸੀਂ ਉਹਨਾਂ ਦੀਆਂ ਤਾਰਾਂ ਜਿਹੜੀਆਂ ਨੇ ਉਹ ਜਦੋਂ ਪੜਤਾਲ ਚਲੀ ਆ ਤੇ ਫਿਰ ਉਹ ਸਰਸੇ ਸਾਧਨਾ ਜਾ ਕੇ ਗੁਰਮੀਤ ਰਾਮ ਰਈ ਮੇ ਨਾਲ ਜੁੜੀਆਂ ਆ ਤੁਸੀਂ ਹੁਣ ਥੋੜੇ ਦਿਨ ਪਹਿਲਾਂ ਅਨੰਦਪੁਰ ਸਾਹਿਬ ਦੀ ਘਟਨਾ ਲੈ ਲਓ ਜੋ ਉੱਥੇ ਕੇ ਤਖਤ ਕੇਸਗਰ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਹੋਈ ਆ ਉਸ ਘਟਨਾ ਨੇ ਝੰਜੋੜ ਕੇ ਲਖਤਾ ਵੀ ਇੱਕ ਆਦਮੀ ਦੀ ਏਡੀ ਹਿੰਮਤ ਪੈ ਜੇ ਕਿ ਉਹ ਸਰਗਟ ਪੀਂਦਾ ਅੰਦਰ ਲਾਉਂਦਾ ਸਰਗਟ ਪੀਂਦਾ ਤੇ ਧੂਮਾ ਰਾਗੀਆਂ ਵਨ ਸੁੱਟਦਾ ਔਰ ਫਿਰ ਉਸ ਸਰਗਟੋਂ ਨਾਲ ਸੁੱਟ ਕੇ ਤੇ ਬਾਹਰ ਆ ਜਾਂਦਾ ਉਥੋਂ ਰਾਮਣਾ ਫਿਰ ਜਿਹੜਾ ਉਥੋਂ ਇੱਕ ਬੀਬੀ ਹਿੰਮਤ ਕਰਦੀ ਐ ਉਹ ਬੀਬੀ ਉਹਨੂੰ ਫੜਦੀ ਐ ਤੇ ਉਥੋਂ ਫੜ ਕੇ ਤੇ ਉਹਨੂੰ ਫਿਰ ਕਿਹਾ ਜਾਂਦਾ ਕਿ ਇਹ ਤਾਂ ਮੈਂਟਲ ਹੈ ਗੱਡੀ ਉਹ ਆਪ ਚਲਾ ਕੇ ਨਹੀਂ ਹੁੰਦਾ ਕਿਹੜੀ ਗੱਡੀ ਚਲਾ ਕੇ ਨਹੀਂ ਹੁੰਦਾ ਸੋ ਇਹ ਜਿਹੜੀਆਂ ਘਟਨਾਵਾਂ ਕਿਉਂ ਹੁਣ ਇਸ ਤਰ੍ਹਾਂ ਇਸ ਟਾਈਮ ਦੇ ਉੱਤੇ ਜਿਹੜੀਆਂ ਵਾਪਰੀਆਂ ਔਰ ਜਿਹੜੀ 15 ਤਰੀਕ ਨੂੰ ਘਟਨਾ ਵਾਪਰੀ ਐ ਇਹਦੇ ਪਿੱਛੇ ਜਿਹੜਾ ਇਸ ਘਟਨਾ ਦੇ ਨਾਲ ਘਟਨਾ ਕਰਮ ਦੇ ਨਾਲ ਜਿਹੜੀ ਲਖਵੀਰ ਦੀ ਗੱਲ ਜਿਹਦਾ ਬਾਅਦ ਦੇ ਵਿੱਚ ਕਤਲ ਵੀ ਹੋ ਜਾਂਦਾ ਐ ਉਹਦੇ ਬਾਰੇ ਇੱਕ ਬੁਝਾਰਤ ਬਣੀ ਹੋਈ ਐ ਬਹੁਤ ਵੱਡਾ ਸਵਾਲ ਐ ਕਿ ਪਿੰਡ ਦੇ ਬੰਦੇ ਕਹਿੰਦੇ ਆ ਕਿ ਇਹ ਜਿਹੜਾ ਬੰਦਾ ਇਹ ਉਹਨਾਂ ਦੇ ਨੇੜੇ ਚਭਾਲ ਸ਼ਹਿਰ ਪੈਂਦਾ ਸਭ ਤੋਂ ਨੇੜੇ ਚਭਾਲ ਪੈਂਦਾ ਕਸਬਾ ਇੱਕ ਵੀ ਇਹ ਤਾਂ ਚਭਾਲ ਨਹੀਂ ਜਾ ਸਕਦਾ ਇਹ ਸਿਗੂ ਬਾਰਡਰ ਤੇ ਕਿਵੇਂ ਚਲੇ ਗਿਆ ਔਰ ਉਥੋਂ ਪਿੰਡ ਦੀਆਂ ਜਿਹੜੀਆਂ ਘਟਾਵਾਂ ਇਸ ਘਟਨਾ ਦੇ ਨਾਲ ਜੋ ਉਥੋਂ ਦੀ ਗੱਲਬਾਤ ਸਾਰੀ ਆ ਰਹੀ ਆ ਉਹ ਸਾਰੀ ਤੁਹਾਡੇ ਸਾਹਮਣੇ ਅਸੀਂ ਇਸ ਗੱਲ ਦੀ ਮੰਗ કરીਏ ਕਭ ਮੰਗਤਾ ਸੀ ਕਰ ਰਹੇ ਆ ਪਰ ਅੱਜ ਤੱਕ ਜਿਹੜੀਆਂ ਪੰਜਾਬ ਚ ਘਟਨਾਵਾਂ ਵਾਪਰੀਆਂ ਨੇ ਅਸੀਂ ਇਹਨਾਂ ਤੋਂ ਕੀ ਆਸ ਰੱਖਾਂਗੇ ਜਿਹੜੀ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੀ ਸੀ ਪ੍ਰਕਾਸ਼ਿਓ ਬਾਦਲਾਂ ਦੀ ਸਰਕਾਰ ਉਹਨਾਂ ਨੇ ਕੀ ਕੀਤਾ ਔਰ ਇਹਦੇ ਬਾਰੇ ਵੀ ਅਸੀਂ ਇਹ ਮੰਗ ਕਰਾਂਗੇ ਕਿ ਇਹ ਲਖਵੀਰ ਜਿਹੜਾ ਐਥੇ ਆ ਨਹੀਂ ਸਕਦਾ ਇਹਦੀ ਜਾਂਚ ਵੀ ਸੁਪਰੀਮ ਕੋਰਟ ਦੇ ਜੱਜ ਕੋਲ ਹੋਣਾ ਚਾਹੀਦੀ ਆ ਇਹਦੇ ਪਿੱਛੇ ਕੌਣ ਹੈ ਤੁਹਾਡੀ ਇੱਕ ਵਿਚਾਰਨ ਵਾਲੀ ਗੱਲ ਹੈ 15 ਤਰੀਕ ਨੂੰ ਵਦਵੀ ਹੁੰਦੀ ਹੈ ਨਿਹੰਗ ਸਿੰਘ ਜਿਹੜੇ ਨੇ ਜਦੋਂ ਉਹਨਾਂ ਨੂੰ ਉਹਨੂੰ ਫੜਦੇ ਨੇ ਤੇ ਉਹ ਜੋ ਵੀ ਹੋਇਆ ਉਹ ਤੁਹਾਡੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਹੈ ਲੇਕਿਨ ਅਗਲੇ ਦਿਨ 16 ਤਰੀਕ ਸ਼ਾਮ ਨੂੰ ਅਖਬਾਰ ਕੋਲੇ ਜੇ ਖਬਰ ਗਈ ਤੇ ਤਾਂ 17 ਦੀ ਖਬਰ ਚ ਆਈ 17 ਤਰੀਕ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਆ ਗਈਆਂ ਪਈ ਨਿਹੰਗ ਅਮੰਗ ਸਿੰਘ ਜਿਹੜਾ ਹੈ ਉਹ ਭਾਰਤ ਦੇ ਖੇਤੀ ਮੰਤਰੀ ਤੋਮਰ ਨੂੰ ਮਿਲਦਾ ਔਰ ਇੱਕ ਹੋਰ ਹੈ ਮੰਤਰੀ ਰਾਜ ਮੰਤਰੀ ਜਿਹੜਾ ਕੈਲਾਸ਼ ਹੈ ਜਿਹੜਾ ਉਹ ਹੈ ਉਹਦੇ ਨਾਲ ਐਮਪੀ ਵੀ ਨੇ ਦੋ ਰਾਜਸਥਾਨ ਤੋਂ ਔਰ ਉਹਦੇ ਨਾਲ ਉਹ ਆਦਮੀ ਹੈ ਪਿੰਕੀ ਜਿਸ ਪਿੰਕੀ ਨੂੰ ਦੁਨੀਆ ਜਾਣਦੀ ਆ ਕਿਉਂਨੇ ਪੰਜਾਬ ਦੇ ਵਿੱਚ ਜੋ ਕਤਲੋਗਾਰਦ ਕੀਤੀ ਜੋ ਉਥੇ ਨੌਜਵਾਨਾਂ ਦਾ ਕਹਾਨ ਕਰਾਇਆ ਇਹਨਾਂ ਲੋਕਾਂ ਨੇ ਪ੍ਰੋਮੋਸ਼ਨ ਲੈਣ ਲਈ ਪੈਸਾ ਇਕੱਠਾ ਕਰਨ ਲਈ ਜੋ ਕੁਝ ਕੀਤਾ ਉਹ ਕਿਸੇ ਤੋਂ ਭੁਲੇਖਾ ਨਹੀਂ ਤੇ ਫਿਰ ਉਹ ਜਿਹੜੀਆਂ ਇਹਨਾਂ ਦੀ ਜਿਹੜੀ ਮੁਲਾਕਾਤ ਹੁੰਦੀ ਆ ਉਹ ਹੁੰਦੀ ਆ ਜੋ ਪਤਾ ਲੱਗ ਰਿਹਾ ਕਿ 5 ਅਗਸਤ 2021 ਚ ਹੁੰਦੀ ਆ ਔਰ ਜਦੋਂ 15 ਤਰੀਕ ਨੂੰ ਇੱਥੇ ਜਿਹੜੀ ਇਹ ਘਟਨਾ ਵਾਪਰੀਗੀ ਲਖਵੀਰ ਵਾਲੀ ਤੇ 16 17 ਤਰੀਕ ਦੀਆਂ ਅਖਬਾਰਾਂ 'ਚ ਖਬਰ ਆ ਜਾਂਦੀਆਂ ਨੇ ਹੁਣ ਸਵਾਲ ਇਹ ਆ ਕਿ ਇਹ ਜਿਹੜੀ ਘਟਨਾ ਮੀਟਿੰਗ ਤਾਂ ਹੁੰਦੀ ਆ 5 ਅਗਸਤ ਨੂੰ ਤੇ 5 ਅਗਸਤ ਤੋਂ ਲੈ ਕੇ ਅਗਸਤ ਦਾ ਸਾਰਾ ਮਹੀਨਾ ਲੰਘ ਗਿਆ ਅਗਸਤ ਸਤੰਬਰ ਦਾ ਸਾਰਾ ਮਹੀਨਾ ਲੰਘ ਗਿਆ ਅਕਤੂਬਰ ਦੀ 15 ਤਰੀਕ ਨੂੰ ਘਟਨਾ ਵਾਪਰਦੀ ਆ ਤੇ 17 ਤਰੀਕ ਦੀਆਂ 16 ਤਰੀਕ ਨੂੰ ਉਹ ਖਬਰ ਜਿਹੜੀ ਆ ਉਹ ਫੋਟੋਆਂ ਸਾਹਮਣੇ ਆ ਜਾਂਦੀਆਂ ਨੇ ਇਹ ਫੋਟੋਆਂ ਪਹਿਲਾਂ ਕਿਉਂ ਨਹੀਂ ਸਾਹਮਣੇ ਆਈਆਂ ਇਹ 17 ਤਰੀਕ ਦੀਆਂ ਖਬਰਾਂ ਕਿਉਂ ਲੱਗੀਆਂ ਇਹਦੇ ਪਿੱਛੇ ਸਾਨੂੰ ਥੋੜਾ ਜਿਹਾ ਦਿਮਾਗ ਨਾਲ ਸੋਚਣ ਦੀ ਲੋੜ ਹੈ ਕਿ ਉੱਥੇ ਫੋਟੋਆਂ ਕਿਸੇ ਹੋਰ ਨੇ ਨਹੀਂ ਲਾਈਆਂ ਜਿੱਥੇ ਕ੍ਰਿਸ਼ੀ ਮੰਤਰੀ ਤੋਮਰ ਹੋਵੇ ਉਥੇ ਜਿਹੜੇ ਨੇ ਹੋਰ ਵੀ ਮੰਤਰੀ ਹੋਣ ਐਮਪੀ ਹੋਣ ਨਾਲ ਤੇ ਉਥੇ ਜਦੋਂ ਉਹ ਸਰੋਪਾ ਪਾਇਆ ਜਾ ਰਿਹਾ ਜਾਂ ਜੋ ਵੀ ਗੱਲ ਹੋ ਰਹੀ ਆ ਉਹ ਖੁਦ ਅਮਨ ਮੰਨਦਾ ਵੀ ਮੇਰੀ ਮੀਟਿੰਗ ਹੋਈ ਆ ਔਰ ਇਹ ਵੀ ਮੰਨਦਾ ਕਿ ਮੈਂ ਖਾਣਾ ਵੀ ਖਾਧਾ ਉਹ ਵੀ ਮੰਨਦਾ ਵੀ ਮੈਨੂੰ ਸਰੋਪਾ ਵੀ ਦਿੱਤਾ ਗਿਆ ਉਹ ਸਾਰੀਆਂ ਚੀਜ਼ਾਂ ਮੰਨਦਾ ਪਰ ਸਵਾਲ ਇਹ ਸੀ ਦਾ ਕਿ ਇਹ ਪਹਿਲਾਂ ਕਿਉਂ ਨਹੀਂ ਜੇ ਅਮਨ ਦੇ ਖਿਲਾਫ ਸੀ ਤੇ ਪਹਿਲਾਂ ਖਬਰਾਂ ਕਿਉਂ ਨਹੀਂ ਫੋਟੋ ਕਿਉਂ ਨਹੀਂ ਆਈਆਂ ਇੱਕ ਕੜੀ ਨਾਲ ਕੜੀ ਜੋੜੀ ਗਈ ਆ ਇਹ ਖਬਰਾਂ ਹੁਣ ਕੱਢਣੀਆਂ ਕਿ ਇਹ ਜਿਹੜੇ ਨੇ ਇਹ ਲੋਕ ਆਪਸ ਵਿੱਚ pèce ਜਿਹੜਾ ਕਤਲੋਗਾਰਤ ਕਰਨਗੇ ਤੇ ਇਹ ਮੋਰਚਾ ਜਿਹੜਾ ਬਿਨਾ ਕੁਝ ਪ੍ਰਾਪਤੀ ਤੋਂ ਇੱਥੋਂ ਉੱਠ ਚੂਗਾ ਜੋ ਕੇਂਦਰ ਚਾਹੁੰਦਾ ਪਰ ਇੱਥੇ ਇੱਕ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਵੀ ਇਸ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹ ਚਾਹ ਕਿਸਾਨ ਨੇ ਚਾਹ ਮਜ਼ਦੂਰ ਨੇ ਚਾਹ ਮੁਲਾਜ਼ਮ ਜਥੇਬੰਦੀਆਂ ਨੇ ਚਾਹੇ ਉਹ ਕੋਈ ਜਿਹੜੇ ਲੋਕ ਵੈਸੇ ਤਾਂ ਰਾਜਨੀਤਿਕ ਪਾਰਟੀਆਂ ਇਸ ਸੰਯੁਕਤ ਮੋਰਚੇ ਵੱਲੋਂ ਲਾਏ ਮੋਰਚੇ ਨੂੰ ਜਿੱਤਣ ਦੇ ਹੱਕ 'ਚ ਨਹੀਂ ਉਹਨਾਂ ਨੂੰ ਇਹ ਆ ਕਿ ਇਹ ਮਨ ਲੱਕ ਜਿਹੜਾ ਜੇ ਇਹ ਮੋਰਚਾ ਜਿੱਤ ਗਿਆ ਤੇ ਸਾਨੂੰ ਕਿਸੇ ਨੂੰ ਪੁੱਛਣਾ ਪਰ ਫਿਰ ਵੀ ਜਿਹੜੇ ਲੋਕ ਦੇਸ਼ ਵਿਦੇਸ਼ ਦੇ ਵਿੱਚ ਇਸ ਮੋਰਚੇ ਨਾਲ ਹਮਦਰਦੀ ਰੱਖਦੇ ਆ ਜਿੱਤਣ ਦੀ ਖੁਆਇਸ਼ ਰੱਖਦੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਕਿ ਭਾਈ ਪਬਲਿਸਿਟੀ ਲੈਣ ਤੋਂ ਪਹਿਲਾਂ ਮੀਡੀਆ 'ਚ ਆਉਣ ਤੋਂ ਪਹਿਲਾਂ ਆਪਣੇ ਫੋਨਾਂ ਦੇ ਉੱਤੇ ਜਿਹੜੀਆਂ ਲਾਈਵ ਤੁਸੀਂ ਚੱਲ ਕੇ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਤੱਕ ਗੱਲ ਪਹੁੰਚਾ ਰਹੇ ਜੇ ਕੋਈ ਕਿਸੇ ਨੂੰ ਨਿੰਦਰਿਆ ਕੋਈ ਕਿਸੇ ਨੂੰ ਨਿੰਦਰਿਆ ਉਹ ਰੱਬ ਦਾ ਵਾਸਤਾ ਜੇ ਆਖੇ ਲੱਗ ਜਾਓ ਇਸ ਮੋਰਚੇ ਤੇ ਤਰਸ ਕਰੋ ਇਹ ਜੇਕਰ ਮੋਰਚਾ ਜਿੱਤਿਆ ਨਾ ਗਿਆ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ ਸਾਨੂੰ ਇਹ ਮਵਾਫ ਨਹੀਂ ਕਰ ਬਹੁਤ ਜਲਦੀ মিডিਆ ਦੇ ਸਾਹਮਣੇ ਗੱਲਬਾਤ ਲਿਆਉਣ ਤੋਂ ਪਹਿਲਾਂ ਉਹਦੀ ਜਿਹੜੀ ਪੜਤਾਲ ਉਹ ਕਰ ਲੈਣੀ ਚਾਹੀਦੀ ਹੈ ਕਿ ਆਖਰੀ ਇਸ ਘਟਨਾ ਦੇ ਪਿੱਛੇ ਦੀ ਸੱਚਾਈ ਕੀ ਹੈ ਇਹ ਇਹ ਜੇ ਉਹ ਘਟਨਾ ਵਾਪਰੀ ਹੈ ਉਹ ਕਿਉਂ ਵਾਪਰੀ ਹੈ ਪਿੱਛਰੇ ਤੱਤਾਂ ਨੂੰ ਖੋਖ ਲੈਣਾ ਚਾਹੀਦਾ ਹੈ ਬਿਲਕੁਲ ਅੱਜ ਇਸ ਤਰ੍ਹਾਂ ਨਵੀਂ ਨਾਲੀ ਘਟਨਾ ਆਈ ਹੈ ਮੈਕ ਸਿੰਘ ਜਿਹੜਾ ਕਰਨਾਲ ਤੋਂ ਸੀ ਜਿਹਨੇ ਅਮਰ ਸ਼ਖਿਆ ਸੀ ਉਹਦੇ ਬਾਰੇ ਜਿਹੜੀ ਘਟਨਾ ਆਈ ਹੈ ਜਿਹੜਾ ਇਹ ਕਾਂਡ ਵਾਪਰਿਆ ਇਹਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਪਹਿਲਾਂ ਕਿਵੇਂ ਹੋ ਗਿਆ ਮੁੜ ਕੇ ਫਿਰ ਮਾਫੀਆ ਮੰਗਣੀਆਂ ਪੈ ਰੀਆਂ ਨੇ ਅਸੀਂ ਪਹਿਲਾਂ ਯਾਰ ਕਿਉਂ ਨਹੀਂ ਸੋਚਦੇ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਕਿ ਸਾਨੂੰ ਇਹ ਸੋਚਣਾ ਪਏਗਾ ਔਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਮੁੱਚੇ ਪੰਥਕ ਸੋਚ ਵਾਲੇ ਬੰਦਿਆਂ ਤੋਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਪੂਰ ਪ੍ਰੋਸਾ ਰੱਖਦੇ ਨੇ ਉਹਨਾਂ ਸਾਰੇ ਛੋਟੇ ਵੱਡੇ ਵੀਰਾਂ ਤੋਂ ਬੱਚਿਆਂ ਤੋਂ ਜਿਹੜੇ ਵੀ ਅੱਜ মিডিਆ ਦੇ ਵਿੱਚ ਹਰ ਤਰ੍ਹਾਂ ਦੀ ਗੱਲ ਕਰ ਰਹੇ ਨੇ ਤੂੰ ਸਮਰੱਥਾ ਵੀ ਰੱਖਦੇ ਆ ਲੋਕ ਦੇਖਦੇ ਵੀ ਆ ਤੂੰ ਆਪਣੇ ਢਗਣਾ ਬੋਲਦੇ ਆ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹਣਾ ਤੇ ਵੀਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਿਤਾਬ ਪਬਲਿਸ਼ ਕਿਰਾਈ ਗਈ ਬਾਦਲਾਂ ਵੱਲੋਂ ਬਾਦਲਾਂ ਵੱਲੋਂ ਮੈਂ ਤਾਂ ਕਿਹਾ 16 ਮਾਰਚ 2013 ਨੂੰ ਡੇ ਐਂਡ ਨਾਈਟ ਟੀਵੀ ਚੈਨਲ ਦੇ ਉੱਤੇ ਸਟੂਡੀਓ ਦੇ ਵਿੱਚੋਂ ਲਾਈਵ ਪ੍ਰੋਗਰਾਮ ਚੱਲਿਆ। ਉਹ 24 ਮਿੰਟ ਦੀ ਵੀਡੀਓ ਆ ਉਹ ਵੇਖ ਲਓ। ਮੈਂ ਦੁਬਾਰਾ ਫੇਰ ਦੱਸਣਾ ਚਾਹਣਾ 16 ਮਾਰਚ 2013 ਡੇ ਐਂਡ ਨਾਈਟ ਟੀਵੀ ਚੈਨਲ ਤੇ ਜਿਹੜਾ ਤੁਸੀਂ ਬਲਦੇਵ ਸਿੰਘ सिरसा YouTube ਤੇ ਜਿਹੜਾ ਕਲਿੱਕ ਕਰਕੇ ਦੇਖ ਲਓ। ਤੁਹਾਨੂੰ ਪਤਾ ਲੱਗੂਗਾ ਕਿ ਬਾਦਲਾ ਨੇ ਸ਼ਰੋਮਣੀ ਕਮੇਟੀ ਤੋਂ ਇੱਕ ਕਿਤਾਬ ਪਬਲਿਸ਼ ਕਰਾਈ ਜਿਹਦਾ ਨਾਮ ਹੈ ਸਿੱਖ ਇਤਿਹਾਸ। ਗੁਰੂ ਸਾਹਿਬਾਂ ਨੂੰ ਚੋਰੀ ਡਾਕੂ ਕਾਤਲ ਨੌਕਰਾਂ ਦੇ ਪੇਟੋਂ ਬੱਚੇ ਜੰਮਣ ਵਾਲੇ ਆਤਮ ਹੱਤਿਆ ਕਰਨ ਵਾਲੇ ਲੈ ਕੇ ਕਿਤਾਬ ਪਬਲਿਸ਼ ਕਰਾਈ ਆ ਸ਼੍ਰੋਮਣੀ ਕਮੇਟੀ ਨੇ ਮੈਂ 2007 ਤੋਂ ਲੈ ਕੇ ਅੱਜ ਮੈਨੂੰ 15 ਸਾਲ ਹੋ ਗਏ ਨੇ ਮੈਂ ਕੋਰਟਾਂ 'ਚ ਕੇਸ ਕੀਤੇ ਨੇ ਕੋਰਟ ਕੋਰਟ ਨੇ ਕੇਸ ਜਿਹੜਾ ਸੀ ਉਹ ਖਾਰਜ ਕਰਤਾ ਪਰ ਕਿਤਾਬਾਂ ਮੇਰੇ ਕੋਲ ਨੇ ਵੇਖ ਲਓ ਉਸ ਕਿਤਾਬ ਦੇ ਉੱਤੇ ਅੱਜ ਤੱਕ ਕੁਝ ਬੰਦੇ ਹਨ ਜਿਨ੍ਹਾਂ ਨੇ ਸਟੇਜਾਂ ਤੇ ਬੋਲੇ ਵੀ ਨੇ ਹੁਣ ਬੋਲ ਰਹੇ ਨੇ ਕੁਝ ਮੈਂ ਸਾਰਾਂ ਦਾ ਜੇ ਨਾਂ ਲਵਾਂ ਤੇ ਕੋਈ ਕਹੇਗਾ ਜੀ ਮੈਂ ਵੀ ਨਾਂ ਲਿਆ ਸੀ ਪਰ ਅੱਜ ਗੱਲ ਚੱਲ ਰਹੀ ਆ ਕਿ ਅੱਜ ਤੱਕ ਖਾਸ ਕਰਕੇ ਜਿਹੜੇ ਸਿੱਖ ਕੌਮ ਦੇ ਪ੍ਰਚਾਰਕ ਹੁੰਦੇ ਨੇ ਰਾਗੀ ਢਾਡੀ ਕਵੀਸ਼ਰ ਜਾਂ ਹੋਰ ਜਿੰਨੇ ਵੀ ਨੇ ਉਹਨਾਂ ਨੇ ਕਦੀ ਇਸ ਗੱਲ ਤੇ ਉੱਤੇ ਜ਼ਿਕਰ ਕੀਤਾ ਗੁਰਬਰਾਸ ਪਾਤਸ਼ਾਹੀ 6ਵੀ ਉਹ ਵੀ ਸੁਣਮਣੀ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਨਾਂ ਕਿਤਾਬਾਂ ਦਾ ਜਿਹੜਾ ਰਾਈਟਰ ਕੋਈ ਨਹੀਂ ਲੇਖਕ ਕੋਈ ਨਹੀਂ ਪਰ ਪਬਲਿਕ ਸ੍ਰੋਮਣੀ ਕਮੇਟੀ ਕਰਦੀ ਆ ਉਹਤੇ ਵੀਰੋ ਅਜ ਤੱਕ ਕਿਉਂ ਨਹੀਂ ਬੋਲੇ ਭਾਈ ਗੁਰਪ ਸਿੱਖ ਇਤਿਹਾਸ ਹਿੰਦੀ ਗੁਰਬਲਾਸ ਪਾਤਸ਼ਾਹੀ 6ਵੀਂ ਗੁਰਮਤ ਪ੍ਰਕਾਸ਼ ਮੈਗਜ਼ੀਨ ਦਸੰਬਰ 2013 ਸੁਣ ਲੋ ਧਿਆਨ ਨਾਲ ਫਿਰ ਸੀ ਹਿਸਟਰੀ ਆਫ ਦਾ ਪੰਜਾਬ ਬਾਦਲਾਂ ਦੇ ਰਾਜ ਵਿੱਚ 2 1 2008 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰეკਮੈਂਡ ਕੀਤੀ ਹੋਈ ਕਿਤਾਬ ਪ੍ਰਾਈਵੇਟ ਇੱਕ ਰਾਈਟਰ ਦੀ ਉਹ ਪਬਲਿਸ਼ ਕੀਤੀ ਗਈ ਹੈ ਕਿ ਕਿਸੇ ਪ੍ਰਾਈਵੇਟ ਪਬਲਿਸ਼ਰ ਨੇ ਪਬਲਿਸ਼ ਕੀਤੀ ਆ ਤੇ ਪੰਜਾਬ ਦੇ ਸਕੂਲਾਂ ਚ ਬੱਚਿਆਂ ਨੂੰ ਪੜਾਈ ਗਈ ਆ ਪਲਸ 2 ਦੇ ਬੱਚਿਆਂ ਨੂੰ ਪੜਾਈ ਗਈ ਆ ਉਸ ਕਿਤਾਬ ਚ ਕੀ ਲਿਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਨਵੀਂ ਸੰਸਥਾ ਨਹੀਂ ਚਲਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਵੀ ਹਿੰਦੂ ਰੀਤੀ ਰਿਵਾਜਾਂ ਦਾ ਵਿਰੋਧ ਨਹੀਂ ਕੀਤਾ ਪਰ ਉਹਨਾਂ ਨੇ ਸਿੱਖ ਧਰਮ ਦੇ ਬਾਨੀ ਨੇ ਤੇ ਉਹਨਾਂ ਬਾਰੇ ਜਦੋਂ ਅਸੀਂ ਇਹ ਗੱਲ ਕਹਿੰਦੇ ਵੀ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਨਵੀਂ ਸੰਸਥਾ ਨਹੀਂ ਚਲਾਈ ਇਹਦਾ ਮਤਲਬ ਸਿੱਖ ਧਰਮ ਹੀ ਨਹੀਂ ਫਿਰ ਬਾਨੀ ਧੋਰੀ ਨਾ ਫਿਰ ਇਹ ਗੱਲ ਤੇ ਕਿਉਂ ਨਹੀਂ ਅੱਜ ਤੱਕ ਕੋਈ ਬੋਲਿਆ ਉਹ ਮੈਂ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਨੇ ਯਾਰ ਤੁਹਾਡੀ ਮੀਡੀਆ ਦੇ ਨਾਲ ਅੱਜ ਤੱਕ ਕਿਉਂ ਨਹੀਂ ਉਹਨਾਂ ਤੇ ਬੋਲ ਰਹੇ ਸੋ ਮੈਂ ਪ੍ਰਚਾਰਕਾਂ ਨੂੰ ਤੇ ਜਿਹੜੇ-ਜਿਹੜੇ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਢੰਗ ਨਾਲ ਗੱਲ ਕਰ ਰਹੇ ਨੇ ਤੇ ਖਾਸ ਕਰਕੇ ਜਿਹੜਾ SKM ਵੱਲੋਂ ਇਹ ਅੰਦੋਲਨ ਚੱਲ ਰਿਹਾ ਹੈ ਇਸ ਅੰਦੋਲਨ ਨੂੰ ਬਚਾਉਣ ਲਈ ਇਹ ਤੇ ਆਪੋ ਆਪਣੇ ਕਮੈਂਟ ਕਰਨ ਦੀ ਬਜਾਏ ਇਹਨਾਂ ਨੂੰ ਵੱਡੀਆਂ-ਵੱਡੀਆਂ ਸਟੋਰੀਆਂ ਇਹਨਾਂ ਦੇ ਪਰਥਾਏ ਬੋਲਣ ਤੋਂ ਪਹਿਲਾਂ ਯਾਰ ਸੋਬਰਾਂ ਸੋਚਿਆ ਕਰੋ ਉਹ ਬਾਦਲਾਂ ਤੋਂ ਤਾਂ ਪੁੱਛ ਲਓ ਜਿਨ੍ਹਾਂ ਨੇ ਸਿੱਖ ਸਿੱਖ ਇਤਿਹਾਸ ਹਿੰਦੀ ਸ਼ਰੋਮਣੀ ਕਮੇਟੀ ਤੋਂ ਪਬਲਿਸ਼ ਕਰਾਈ ਔਰ ਅੱਜ ਜਿਹੜੀ ਪ੍ਰਧਾਨ ਆ ਆ ਬੀਬੀ ਜ਼ਗੀਰ ਕੌਰ ਉਹਦੇ ਟਾਈਮ ਤੇ ਛਪੀਆ 1999 ਦੇ ਖਾਲਸੇ ਦੇ 700 ਸਾਲਾਂ ਸਾਜਨਾ ਦੇ ਜਨਮ ਨੂੰ ਸਮਰਪਿਤ ਮਤਾ ਪੈ ਕੇ ਛਪੀਆ ਫਿਰ ਉਹਦਾ ਰਾਈਟਰ ਕੋਈ ਨਹੀਂ ਇਸੇ ਤਰ੍ਹਾਂ ਜਿਹੜੀ ਗੁਰਬਲਾਸ ਪਾਤਸ਼ਾਹ 6ਵੀਂ ਆ ਉਹ 1998 ਛਪੀ ਉਹ ਵੀ ਸ਼ੁਰੂ ਮਨੀ ਕਮੇਟੀ ਵਿੱਚ ਪਾਈ ਉਸ ਤੋਂ ਬਾਅਦ ਵਾਪਸ ਲਈਆ ਔਰ ਉਹਦਾ ਵੀ ਮੈਂ ਕੇਸ ਜਿਹੜਾ ਕਰ ਦਿੱਤਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਯਾਰੋ ਉੱਥੇ ਕਿਉਂ ਨਹੀਂ ਬੋਲਦੇ ਬਾਦਲਾਂ ਨੂੰ ਕਿਉਂ ਨਹੀਂ ਪੁੱਛਦੇ ਸਰੋਮਿਕ ਕਮੇਟੀ ਨੂੰ ਕਿਉਂ ਨਹੀਂ ਪੁੱਛਦੇ ਭਈ ਤੁਸੀਂ ਆਹ ਗੁਰੂ ਸਾਹਿਬਾਂ ਦੇ ਉੱਤੇ ਏਡੇ ਏਡੇ ਵੱਡੇ ਇਲਜ਼ਾਮ ਲਾ ਕੇ ਕਿਤਾਬਾਂ ਪਬਲਿਸ਼ ਕਰਾਤੀਆਂ ਤੇ ਕਰਵਾਈਆਂ ਬਾਦਲਾਂ ਨੇ 100 16 ਮਾਰਚ 2013 ਡੇ ਐਂਡ ਨਾਈਟ ਟੀਵੀ ਚੈਨਲ ਤੇ ਲੱਗੀ ਸਟੋਰੀ ਵੇਖ ਲਓ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਆਓ ਆਪਾਂ ਬਾਦਲਾਂ ਜੀ ਤਾਂ ਆ ਘਟਨਾਵਾਂ ਜਿਹੜੀਆਂ ਘਟਦੀਆਂ ਸੀ ਸਿੰਘੂ ਬਾਰਡਰ ਤੇ ਉਹ ਕੰਬਲ ਚੋਰੀ ਤੋਂ ਲੈ ਕੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਤੱਕ ਪਹੁੰਚ ਚੁੱਕੀਆਂ ਨੇ ਤਾਂ ਲੱਗਦਾ ਨਹੀਂ ਕਿ ਹੋਰ ਜਿਵੇਂ ਲੰਬਾ ਅੰਦੋਲਨ ਚੱਲੂਗਾ ਤਾਂ ਹੋਰ ਵੀ ਵੱਡੀਆਂ ਘਟਨਾਵਾਂ ਘਟ ਸਕਦੀਆਂ ਨੇ ਬੜਾ ਸਤਰਕ ਹੋਣ ਦੀ ਲੋੜ ਹੈ ਬਿਲਕੁਲ ਮੈਂ ਇਹ ਹੀ ਗੱਲ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਔਰ ਜੜੀਆਂ ਜੜੀਆਂ ਗੱਲਾਂ ਮੈਂ 2 ਦਸੰਬਰ ਤੋਂ ਲੈ ਕੇ ਤੁਹਾਡੇ মিডিਆ ਦੇ ਸਾਹਮਣੇ ਲੈਂਦੀਆਂ ਮੈਂ ਤੁਹਾਡੇ ਸਾਹਮਣੇ ਜਦੋਂ 1 ਟੂ 1 ਗੱਲ ਹੋਈ ਆ ਉਸ ਟਾਈਮ ਤੇ ਵੀ ਤੇ ਉਸ ਤੋਂ ਬਾਅਦ ਸਟੇਜ ਤੇ ਵੀ ਜਿੱਥੇ ਵੀ ਕਿਤੇ ਪ੍ਰੈਸ ਮੀਟਿੰਗਾਂ 'ਚ ਵੀ ਇਹ ਗੱਲਾਂ ਮੈਂ ਕੀਤੀਆਂ ਨੇ ਕਿ ਕੇਂਦਰ ਦੀ ਮੋਦੀ ਸਰਕਾਰ ਇਸ ਸਾਡੇ ਅੰਦੋਲਨ ਨੂੰ ਤਾਰਪੇਡੋ ਕਰਨ ਲਈ ਇਹਨੂੰ ਖਦੇੜਣ ਲਈ ਉਹਨੇ ਹੁਣ ਤੱਕ ਬਹੁਤ ਕੋਸ਼ਿਸ਼ ਕੀਤਾ ਹੈ ਤੇ ਅੱਗੇ ਪਤਾ ਨਹੀਂ ਕੀ ਕਰੇ ਅੱਛਾ ਤੇ ਆ ਐਸਕੇ ਐਮ ਨੂੰ ਹੋਰ ਕਹਿ ਜੇ ਜਿਹੜੇ ਪ੍ਰਬੰਧ ਨੇ ਉਹ ਕਰਨੇ ਚਾਹੀਦੇ ਨੇ ਕਿ ਜਿਨ੍ਹਾਂ ਨਾਲੇ ਘਟਨਾਵਾਂ ਦੇ ਉੱਤੇ ਨਕੇਲ ਪਾਈ ਜਾ ਸਕੇ ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਕਈਆਂ ਨੂੰ ਵਾਪਰਨ ਤੋਂ ਪਹਿਲਾਂ ਰੋਕ ਲਿਆ ਜਾਂਦਾ ਪਰ ਵਿਆਪਦੀ ਦੀ ਘਟਨਾ ਕੋਈ ਛੋਟੀ ਘਟਨਾ ਨਹੀਂ ਬਹੁਤ ਜ਼ਿਆਦਾ ਵੱਡੀ ਘਟਨਾ ਆ ਉਹ ਅੰਦੋਲਨ ਦੇ ਉੱਤੇ ਬਹੁਤ ਵੱਡੀ ਸੱਟ ਵੀ ਮਾਰ ਸਕਦੀ ਹੈ ਰੂਟ ਵੀ ਡਾਇਵਰਟ ਕਰ ਸਕਦੀ ਹੈ ਅੰਦੋਲਨ ਦੇਖੋ ਇਹ ਚ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਇਹ ਮੈਂ ਮੀਟਾ ਜੀ ਗੱਲ ਕੀਤੀ ਆ ਕਿ ਭਾਈ ਸਭ ਤੋਂ ਪਹਿਲਾਂ ਤੇ ਇੱਕ ਤਾਂ ਇਹ ਆ ਕਿ ਸਾਨੂੰ ਜਿਹੜੀ ਆ ਪਹਿਰੇਦਾਰੀ ਜਿਹੜੀ ਉਹ ਸਖਤ ਕਰਨੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਸੁਮੂਚੇ ਤੌਰ ਤੇ ਜਿੰਨੇ ਵੀ ਸਾਡੇ ਪਹਿਰੇਦਾਰ ਨੇ ਜਾਂ ਆਗੂ ਨੇ ਇੱਕ ਤਾਂ ਆਗੂਆਂ ਨੂੰ ਜਿਹੜਿਆ ਉਹ ਤੰਦੇ ਹੀ ਨਾਲ ਇਥੇ ਪਹਿਰੇਦਾਰੀ ਆਪ ਖੁਦ ਕਰਨੀ ਚਾਹੀਦੀ ਆ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਬੀ ਟੀਮ ਸੀ ਟੀਮ ਜਾਂ ਸਾਡੇ ਜਿਹੜੇ ਵਰਕਰ ਨੇ ਵਲੰਟੀਅਰ ਨੇ ਉਹਨਾਂ ਨੂੰ ਵੀ ਇੱਕ ਸਿੱਖਿਆ ਹੋਣੀ ਚਾਹੀਦੀ ਆ ਕਿਤੇ ਵੀ ਤੁਹਾਨੂੰ ਕੋਈ ਘਟਨਾ ਤੁਹਾਡੇ ਸਾਹਮਣੇ ਆ ਜਾਂਦੀ ਆ ਵੀ ਇਹਨੂੰ ਇਸ ਘਟਨਾ ਨੂੰ ਕਹਿੰਦਾ ਕੋਈ ਕੁੱਟ ਰਿਹਾ ਕੋਈ ਮਾਰ ਰਿਹਾ ਕੋਈ ਅੱਗ ਲਾ ਰਿਹਾ ਤੁਹਾਨੂੰ ਫੜ ਵੀ ਲੈਂਦੇ ਜੇ ਕੋਈ ਔਰਤ ਆਉਂਦੀ ਆ ਜਾਂ ਕੁਝ ਵੀ ਹੁੰਦਾ ਕਿਉਂਕਿ ਇੱਥੇ ਔਰਤਾਂ ਵੀ ਬੜੀਆਂ ਆਈਆਂ ਉਹ ਤੁਹਾਡੇ ਸਾਹਮਣੇ ਮੈਂ ਨੌਜਵਾਨ ਲੜਕੀਆਂ ਵੀ ਜਿਹੜੀਆਂ ਸੀ ਉਹਨਾਂ ਨੂੰ ਵੀ ਪੜੋਂਦੇ ਰਹੇ ਥਾਣੇ ਦੇ ਵਿੱਚ ਪੜਾਈਆਂ ਐਫ ਆਈ ਆਰਾਂ ਕਰਾਈਆਂ ਨੇ ਸਭ ਤੋਂ ਪਹਿਲਾਂ ਉਹਦੀ ਕੋਹਖ ਕਰੋ ਆਪ ਕਿਸੇ ਤੇ ਵੀ ਹੱਥ ਨਾ ਚੁੱਕੋ ਉਹ ਪਹਿਲਾਂ ਪੁੱਛ ਪੜਤਾਲ ਕਰੋ ਉਹਦੀ ਵੀਡੀਓ ਬਣਾਓ ਤੇ ਮੁੜ ਕੇ ਉਸ ਤੋਂ ਬਾਅਦ ਪੁਲਿਸ ਨੂੰ ਫੜਾਓ ਜਿੱਤਰਾ ਮੈਂ ਫੜਾਉਂਦਾ ਰਿਹਾ ਇਸ ਤਰ੍ਹਾਂ ਸਾਨੂੰ ਕਰਨ ਦੀ ਲੋੜ ਆ ਸਾਨੂੰ ਸੁਚੇਤ ਹੋਣ ਦੀ ਲੋੜ ਆ ਸਾਨੂੰ ਦੁਸ਼ਮਣ ਦੀ ਪਛਾਣਨ ਦੀ ਲੋੜ ਹੈ ਤੇ ਸਾਨੂੰ ਆਪਸ ਵਿੱਚ ਜੜੀਆਂ ਮਨਮਟਾਵ ਨੇ ਕਿਸੇ ਦੇ ਨਾਲ ਵੀ ਇੱਕ ਦੂਸਰੇ ਨਾਲ ਉਹ ਦੂਰ ਕਰਕੇ ਤੇ ਇਕੱਠਾ ਹੋ ਕੇ ਚੱਲਣ ਦੀ ਲੋੜ ਆ ਬਸ ਮੇਰੀ ਹੀ ਬਿਲਦੀ ਆ ਅਖੀਰ ਦੇ ਵਿੱਚ ਅਸੀਂ ਗੱਲਬਾਤ ਕਰਨੀ ਚਾਹਾਂਗੇ ਕਿ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੁਸੀਂ ਅੰਦੋਲਨ ਕਰ ਸਕਦੇ ਹੋ ਪਰ ਤੁਸੀਂ ਰਾਹ ਨਹੀਂ ਘੇਰ ਸਕਦੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਾਲਾਂਕਿ ਕਈ ਵਾਰ ਅਸੀਂ ਦਿਖਾ ਚੁੱਕੇ ਹਾਂ ਕਿ ਜਿਹੜੇ ਰਾਹ ਨੇ ਉਹ ਕਿਸ ਢੰਗ ਨਾਲ ਤੇ ਕਿਹਨੇ ਰੋਕੇ ਹੋਏ ਨੇ ਪਰ ਫਿਰ ਵੀ ਸਰਕਾਰੀ ਸਿਹ ਪ੍ਰਾਪਤ ਸੰਸਥਾਵਾਂ ਅੰਦੋਲਨ ਦੇ ਉੱਤੇ ਹੁਣ ਅਜਿਹੀਆਂ ਟਿੱਪਣੀਆਂ ਕਰ ਰਹੀਆਂ ਨੇ ਕਿ ਤੁਸੀਂ ਅ ਅੰਦੋਲਨ ਕਰ ਸਕਦੇ ਹੋ ਤੁਸੀਂ ਰਾਹ ਨਹੀਂ ਰੋਕ ਸਕਦੇ ਉਹਦੇ ਬਾਰੇ ਕੀ ਕਹਾਂ ਮੈਂ ਇੱਥੇ ਜ਼ਿਆਦਾ ਨਹੀਂ ਕਹਿਣਾ ਕਿਉਂਕਿ ਸੁਪਰੀਮ ਕੋਰਟ ਪਹਿਲਾਂ ਜਦੋਂ ਪਹਿਲਾਂ ਵੀ ਪਟੀਸ਼ਨਾਂ ਪਈਆਂ ਸੀ ਨਾ ਉਹਨਾਂ 'ਚ ਸੁਪਰੀਮ ਕੋਰਟ ਦੇ ਫੁੱਟ ਮਲਕ ਜਿਹੜਾ ਸੀ ਤਿੰਨ ਮੈਂਬਰੀ ਬੈਂਚ ਸੀ ਤੇ ਉਹਨਾਂ ਨੇ ਮਾਨਯੋਗ ਜੱਜਾਂ ਨੇ ਇਹ ਗੱਲ ਕਹੀ ਹੋਈ ਹੈ ਕਿ ਇਹ ਕਿਸਾਨਾਂ ਨੇ ਰਸਤਾਨੀ ਰੋਕਿਆ ਤੁਸੀਂ ਰੋਕਿਆ ਸਰਕਾਰ ਨੂੰ ਝਾੜਾਂ ਪਾਈਆਂ ਨੇ ਤੇ ਉੱਤੇ ਹੁਣ ਦੋ ਮੈਂਬਰੀ ਜਿਹੜਾ ਹੈਗਾ ਬੈਂਚ ਹੈ ਜਿਹੜਾ ਉਹ ਉਦੋਂ ਉਹਨਾਂ ਤਿੰਨਾਂ ਦੇ ਤਿੰਨ ਜੱਜਾਂ ਦੇ ਬੈਂਚ ਵੱਲੋਂ ਜੋ ਕੀਤਾ ਫੈਸਲਾ ਉਹਨੂੰ ਜਿਹੜਾ ਦੋ ਜੱਜਾਂ ਦਾ ਬੈਂਚ ਹੈ ਉਹ ਰੱਦ ਨਹੀਂ ਕਰ ਸਕਦਾ ਇਕ ਨੂੰ ਨਹੀਂ ਪੱਖ ਸਾਡੇ ਹੱਕ ਚ ਤੇ ਬਾਕੀ ਇੱਕ ਮੈਂ ਅਪੀਲ ਹੋਰ ਕਰਨੀ ਚਾਹਾਂਗਾ ਵੀ ਸਾਡੇ ਤੇ ਟਿੱਪਣੀ ਕਰਨ ਤੋਂ ਪਹਿਲਾਂ ਸਰਕਾਰ ਨੂੰ ਕਿਉਂ ਨਹੀਂ ਇਹ ਗੱਲ ਕਹੀ ਜਾਂਦੀ ਵੀ 1 ਸਾਲ ਤੋਂ ਬੰਦੇ ਬੈਠੇ ਨੇ ਇਹਨਾਂ ਦੇ 700 ਤੋਂ ਬੰਦੇ ਵੱਧ ਜੜੇ ਨੇ ਕਿਸਾਨ ਹੁਣ ਤੱਕ ਛਿੱਧ ਹੋ ਗਿਆ ਉਹ ਜਿਹੜੇ ਅੱਜ ਤੱਕ ਇਹਨਾਂ ਵੱਡਾ ਘਾਣ ਹੋਣ ਦੇ ਬਾਅਦ ਤੇ ਇੱਥੇ ਕਿੰਨੇ ਲੋਕ ਜਿਹੜੇ ਨੇ ਸਾਡੇ ਛਿੱਧੀਆਂ ਪਾ ਗਿਆ ਕਿੰਨੇ ਲੋਕ ਬਿਮਾਰ ਨੇ ਕਿੰਨੇ ਬਜ਼ੁਰਗ ਬੱਚੇ ਔਰਤਾਂ ਇਹ ਕਿਹੜੇ ਹਾਲਾਤਾਂ ਦੇ ਵਿੱਚੋਂ ਰਹਿ ਰਹੇ ਨੇ ਤੇ ਇਸ ਸੁਪਰੀਮ ਸਰਕਾਰ ਦੇ ਉੱਤੇ ਨਕੇਲ ਕਿਉਂ ਨਹੀਂ ਕੱਸਦੀਏ ਵੀ ਤੁਸੀਂ ਇਹ ਦੱਸੋ ਵੀ ਇਹਨਾਂ ਨੇ ਲਗਾਤਾਰ ਮੀਟਿੰਗਾਂ ਕਰਕੇ ਫੈਸਲਾ ਕਿਉਂ ਨਹੀਂ ਕਰਦੇ 22 ਜਨਵਰੀ ਤੋਂ ਲੈ ਕੇ ਅੱਜ ਤੱਕ ਕੋਈ ਮੀਟਿੰਗ ਨਹੀਂ ਹੋਈ ਸੁਪਰੀਮ ਕੋਰਟ ਸਰਕਾਰ ਨੂੰ ਕਿਉਂ ਨਹੀਂ ਇਹ ਗੱਲ ਕਹਿੰਦਾ ਸੁਪਰੀਮ ਕੋਰਟ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਫਰਜ ਬਣਦਾ ਹੈ ਕਿ ਆ ਜਿਹੜਾ ਆਵਾਮ ਜਿਹੜੀ ਇਹਨੀ ਦੁਨੀਆ ਜਿਹੜੀ ਇਸ ਮੋਰਚੇ ਦੇ ਨਾਲ ਜੁੜੀ ਹੋਈ ਆ ਅੱਜ ਇਹ ਨਾ ਤਾਂ ਪੰਜਾਬ ਦਾ ਹੁਣ ਠੀਕ ਹੈ ਪੰਜਾਬ ਤੋਂ ਚੱਲਿਆ ਸੀ ਪਰ ਅੱਜ ਹਰਿਆਣੇ ਤੋਂ ਵੀ ਅੱਗੇ ਲੰਘ ਕੇ ਪੂਰੇ ਦੇਸ਼ ਦਾ ਭਾਰਤ ਦਾ ਉਸ ਤੋਂ ਅੱਗੇ ਵਿਸ਼ਵ ਅੰਦੋਲਨ ਬਣ ਚੁੱਕਾ ਹੈ ਤੇ ਇੱਥੇ ਸੁਪਰੀਮ ਕੋਰਟ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਇੱਕ ਫਰਜ ਬਣਦਾ ਹੈ ਕਿ ਆ ਜਿਹੜੇ ਲੋਕ ਛੜਕਾਂ ਦੇ ਬੈਠਿਆ ਕੀ ਅਸੀਂ ਇਸ ਦੇਸ਼ ਦੇ ਨਹੀਂ ਕੀ ਸਾਡੇ ਕੋਈ ਹੱਕ ਨਹੀਂ ਕੀ ਸਾਡੇ ਮਨੁੱਖੀ ਅਧਿਕਾਰ ਨਹੀਂ ਇਸ ਸੁਪਰੀਮ ਕੋਰਟ ਨੂੰ ਵੀ ਸੋਚਣਾ ਚਾਹੀਦਾ ਫੈਸਲਾ ਕਰਨ ਤੋਂ ਪਹਿਲਾਂ ਸਾਡੇ ਕਲਾਬ ਟਿੱਪਣੀਆਂ ਕਰਨ ਤੋਂ ਪਹਿਲਾਂ ਸਰਕਾਰ ਨੂੰ ਪਹਿਲਾਂ ਪੁੱਛਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜਸਪਤਾ ਗੱਲਬਾਤ ਕੀਤੀ ਹੈ ਬਲਦੀਪ ਸਿੰਘ ਸਰਸਾ ਜੀ ਦੇ ਨਾਲ ਤਾਂ ਉਹਨਾਂ ਕਹੇ ਕਿ ਮੀਡੀਆ ਦੇ ਸਾਹਮਣੇ ਕਿਸੇ ਵੀ ਘਟਨਾ ਜੋ ਅੰਦੋਲਨਾਂ ਦੇ ਵਿੱਚ ਘਟਨਾ ਵਾਪਰਦੀ ਹੈ ਜਾਂ ਕੋਈ ਅਜਿਹੀ ਘਟਨਾ ਜਿਹੜੀ ਲੋਕਾਂ ਦੇ ਵਿੱਚ ਰੋਹ ਪੈਦਾ ਕਰ ਸਕਦੀ ਹੈ ਜਾਂ ਜਿਹੜੀ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਚਿੰਤਾ ਪੈਦਾ ਕਰ ਸਕਦੀ ਹੈ ਅਜਿਹੀ ਘਟਨਾ ਨੂੰ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋਣ ਤੋਂ ਪਹਿਲਾਂ ਉਹਦੀ ਜਿਹੜੀ ਪੂਰੀ ਘੋਖ ਹੈ ਉਹ ਕਰ ਲੈਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਜਿਹੜੀ ਮੁੱਖ ਘਟਨਾ ਹੈ ਕਿ ਲਖਵੀਰ ਇੱਥੇ ਕਿਵੇਂ ਪਹੁੰਚਦਾ ਆ ਲਖਵੀਰ ਨੂੰ ਪੈਸੇ ਕਿਸ ਨੇ ਦਿੱਤੇ ਨੇ ਲਖਵੀਰ ਦੇ ਘਰ ਤੇ ਜਿਹੜਾ ਨੰਬਰ ਲਿਖਿਆ ਸੀ ਉਹ ਕਿਹਦਾ ਆ ਜਾਂ ਹੋਰ ਵੀ ਘਟਨਾਵਾਂ ਜਾਂ ਲਖਵੀਰ ਨੂੰ ਇੱਥੇ ਲੈ ਕੇ ਆਉਣ ਵਾਲਾ ਕੌਣ ਸੀ ਉਹ ਸੰਧੂ ਦਾ ਨਾਮ ਵੀ ਲੱ타 ਜਾਂਦਾ ਉਹ ਸੰਧੂ ਕੌਣ ਸੀ ਤਾਂ ਜਿਵੇਂ ਲਖਵੀਰ ਉਹਰੇ 2-3 ਦਿਨ ਰਹਿੰਦਾ ਰਿਹਾ ਉਹਨੇ ਨੰਗ ਸਿੰਘਾਂ ਦਾ ਚੋਲਾ ਪਾਇਆ ਇਹ ਸਾਰੀਆਂ ਘਟਨਾਵਾਂ ਦੀ ਉਹਨੂੰ ਜਾਣਕਾਰੀ ਕਿਸ ਨੇ ਦਿੱਤੀ ਕਿ ਇੱਥੇ ਵਿਵਦੀ ਕਰਨੀ ਆ ਕਿੱਥੇ ਨੇ ਨੰਗ ਸਿੰਘ ਰੁਕੇ ਹੋਏ ਨੇ ਕਿਵੇਂ ਕਿੱਥੇ ਵਿਚਰਨਾ ਆ ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਕਿਸ ਨੇ ਦਿੱਤੀ ਇਹ ਗੱਲਾਂ ਵੱਡੀ ਇੱਕ ਜਾਂਚ ਮੰਗਦੀਆਂ ਨੇ ਪਰ ਵੱਡੀ ਗੱਲ ਇਹ ਹੈ ਕਿ ਅੰਦੋਲਨ ਨੂੰ ਡਾਇਵਰਟ ਕਰਨ ਦੀਆਂ ਕੋਸ਼ਿਸ਼ੀਆਂ ਨੇ ਜਿਹੜੀਆਂ ਉਹ ਲਗਾਤਾਰ ਜਾਰੀ ਨੇ ਕਦੇ ਕਿਸਾਨਾਂ ਆਗੂਆਂ ਤੇ ਹਮਲਾ ਕਰਨ ਦੀਆਂ ਸਾਜ਼ਿਸ਼ਾਂ ਬੇਨਕਾਬ ਹੁੰਦੀਆਂ ਨੇ ਕਦੇ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਬੇਅਦਬੀ ਕਰਨ ਦੀਆਂ ਤੇ ਕੋਸ਼ਿਸ਼ੀਆਂ ਨੇ ਲਗਾਤਾਰ ਵਧਦੀਆਂ ਜਾਂਦੀਆਂ ਨੇ ਘਟਨਾਵਾਂ ਕੰਬਲ ਚੋਰੀ ਤੋਂ ਲੈ ਕੇ ਘਟਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਤੱਕ ਪਹੁੰਚ ਚੁੱਕੀਆਂ ਨੇ ਤਾਂ ਬੜਾ ਲੰਮਾ ਲੰਬੀਆਂ ਕੋਸ਼ਿਸ਼ੀਆਂ ਜਿਹੜੀਆਂ ਨੇ ਅੰਦੋਲਨ ਵਿਰੋਧੀ ਤਾਕਤਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇਹ ਹੁਣ ਲੋਕਾਂ ਦੇ ਉੱਤੇ ਆ ਜਾਂ ਅੰਦੋਲਨ ਲੜ ਰਹੇ ਕਿਸ ਦਿੰਦੇ ਨੇ ਜਾਂ ਜਹਿਆਂ ਘਟਨਾਵਾਂ ਨੂੰ ਕਿਵੇਂ ਦੇਖਦੇ ਨੇ ਤੇ ਕਿੰਨੀ ਕੁ ਸਮਝ ਦੇ ਨਾਲ ਕੰਮ ਲੈ ਕੇ ਅੰਦੋਲਨ ਨੂੰ ਕਿੰਨਾ ਕੁ ਅੱਗੇ ਲੈ ਕੇ ਜਾਂਦੇ ਨੇ ਬਣੇ ਰਹੋ ਕੇਟੀਵੀ ਯੂਕੇ ਚੈਨਲ ਦੇ ਨਾਲ ਕੈਮਰਾਮੈਨ ਸਹਿਜogi ਸਿਮਰਤਪਾਲ ਸਿੰਘ ਦੇ ਨਾਲ ਮੈਨੂੰ ਮਨਦੀਪ ਸਿੰਘ ਨੇ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ